ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਵਿਰਸਾ ਬਲੌਗ ਵਿੱਚ ਤੁਹਾਡਾ ਸਵਾਗਤ ਹੈ। ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਊਂਗਾ ਜੋ ਕਿ ਪੁਰਾਣੇ ਵੇੜਿਆਂ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ। ਸੋ ਜਦੋਂ ਪੁਰਾਣੇ ਵੇੜਿਆਂ ਵਿੱਚ ਸਵਾਣੀਆਂ ਆਪਣੇ ਖੇਤਾਂ ਵਿੱਚੋਂ ਕਪਾਹ ਅਤੇ ਨਰਮਾ ਚੁੱਕ ਕੇ ਘਰ ਲਿਆਉਂਦੀਆਂ ਹੁੰਦੀਆਂ ਸੀ ਤਾਂ ਉਹ ਕਪਾਹ ਵਿੱਚੋਂ ਜਿਹੜੇ ਵੜੇਵੇਂ ਹੁੰਦੇ ਸੀ ਉਹ ਕੱਢਣ ਲਈ ਇੱਕ ਦੇਸੀ ਮਸ਼ੀਨ ਦੀ ਵਰਤੋਂ ਕੀਤੀ ਜਾਂਦੀ ਸੀ। ਸੋ ਅੱਜ ਤੁਹਾਨੂੰ ਉਹੀ ਦੇਸੀ ਮਸ਼ੀਨ ਦਿਖਾਉਣੀ ਆ ਜਿਹਦੇ ਨਾਲ ਵੜੇਵੇਂ ਕਪਾਹ ਵਿੱਚੋਂ ਵੱਖ ਕੀਤੇ ਜਾਂਦੇ ਸੀ। ਸੋ ਚਲੋ ਫਿਰ ਤੁਹਾਨੂੰ ਦਿਖਾਉਣਾ ਉਹ ਪੁਰਾਣੀ ਚੀਜ਼। ਲਓ ਜੀ ਦੇਖੋ ਇਹ ਆਹੋ ਪੁਰਾਣੀ ਮਸ਼ੀਨ ਜਿਹਦੇ ਨਾਲ ਕਪਾਹ ਵਿੱਚੋਂ ਵੜੇਵੇਂ ਵੱਖ ਕੀਤੇ ਜਾਂਦੇ ਸੀ। ਸੋ ਇਹ ਦੇਸੀ ਮਸ਼ੀਨ ਇਸ ਦੇਸੀ ਮਸ਼ੀਨ ਨੂੰ ਵੇਲਣਾ ਕਹਿੰਦੇ ਨੇ, ਕਪਾਹ ਵੇਲਣਾ ਕਹਿੰਦੇ ਨੇ ਜੋ ਪੁਰਾਣੇ ਵੇਲਿਆਂ ਵਿੱਚ ਘਰਾਂ ਦੇ ਵਿੱਚ ਵਰਤਿਆ ਜਾਂਦਾ ਸੀ। ਸੋ ਹੁਣ ਮੈਂ ਤੁਹਾਨੂੰ ਇਹਦੀ ਥੋੜ੍ਹੀ ਬਣਤਰ ਬਾਰੇ ਦੱਸਦਾ। ਇਹ ਜਿਹੜਾ ਵੇਲਣਾ ਹੁੰਦਾ ਸੀ ਇੱਕ ਕਰੀਹ ਦੀ ਲੱਕੜ ਦਾ ਬਣਾਇਆ ਜਾਂਦਾ ਸੀ। ਇੱਕ ਕਰੀਹ ਦਾ ਦਰਖਤ ਹੁੰਦਾ ਸੀ ਜੋ ਕਿ ਖੁਸ਼ਕ ਅਤੇ ਰੇਤਲੇ ਇਲਾਕਿਆਂ ਵਿੱਚ ਮਿਲਦਾ ਹੁੰਦਾ ਸੀ। ਇਸ ਰੁੱਖ ਦੇ ਤਣੇ 'ਚੋਂ ਇੱਕ ਲੰਬੀ ਫੱਟੀ ਲਈ ਜਾਂਦੀ ਸੀ। ਇਹ ਜਿਹੜੀ ਦੇਖ ਰਹੇ ਹੋ ਤੁਸੀਂ ਇਹ ਫੱਟੀ ਜਿਹੜੀ ਹੁੰਦੀ ਸੀ ਇਹ ਸਵਾਣੀ ਆਪਣੇ ਇਸ ਤਰ੍ਹਾਂ ਪੈਰ ਦੇ ਥੱਲੇ ਰੱਖਦੀ ਹੁੰਦੀ ਸੀ। ਇਹ ਫੱਟੀ ਸਵਾਣੀ ਆਪਣੇ ਪੈਰ ਦੇ ਹੇਠਾਂ ਇਸ ਕਰਕੇ ਰੱਖਦੀ ਹੁੰਦੀ ਸੀ ਤਾਂ ਕਿ ਜਦੋਂ ਵੇਲਣੇ ਨੂੰ ਆਪਾਂ ਗੇੜਦੇ ਸੀ ਇੱਥੋਂ ਫੜ ਕੇ ਤਾਂ ਕਿ ਉਹ ਵੇਲਣਾ ਹਿੱਲੇ ਨਾ ਅਤੇ ਵੇਲਣਾ ਡਿੱਗੇ ਨਾ। ਇਸ ਕਰਕੇ ਇਸ ਫੱਟੀ ਨੂੰ ਆਪਣੇ ਸਵਾਣੀ ਪੈਰ ਥੱਲੇ ਰੱਖਦੀ ਹੁੰਦੀ ਸੀ। ਇਸ ਫੱਟੀ ਦੇ ਦੋਵੇਂ ਪਾਸੇ ਉੱਪਰ ਨੂੰ ਦੋ ਫੱਟ ਲਗਾਏ ਜਾਂਦੇ ਸੀ। ਆਹ ਦੇਖੋ ਜੀ ਇਹ ਦੋ ਫੱਟ ਲਗਾਏ ਜਾਂਦੇ ਸੀ, ਇੱਧਰਲੇ ਪਾਸੇ ਅਤੇ ਇੱਕ ਇੱਧਰਲੇ ਪਾਸੇ। ਇਹਨਾਂ ਫੱਟਾਂ ਨੂੰ ਦੋਹਾਂ ਨੂੰ ਹੇਠ ਸਲੀਪ ਜਿਹੜੀ ਲੱਕੜ ਹੁੰਦੀ ਸੀ ਫੱਟਾ ਹੁੰਦਾ ਸੀ ਉਹਦੇ 'ਚ ਫਿੱਟ ਕਰ ਦਿੱਤਾ ਜਾਂਦਾ ਸੀ।
ਅਤੇ ਇਹਨਾਂ ਦੋਨਾਂ ਫੱਟਾਂ ਦੇ ਉੱਪਰਲੇ ਪਾਸੇ ਛੇਕ ਕਰਕੇ ਦੋ ਲੱਠਾਂ ਫਿੱਟ ਕੀਤੀਆਂ ਜਾਂਦੀਆਂ ਦੀ। ਇਹ ਦੋ ਲੱਠਾਂ ਹੁੰਦੀਆਂ ਦੀ, ਇੱਕ ਲੱਠ ਆਪਣੇ ਲੱਕੜ ਦੀ ਬਣੀ ਹੁੰਦੀ ਦੀ ਅਤੇ ਦੂਸਰੀ ਲੱਠ ਹੁੰਦੀ ਦੀ ਜਿਹੜੀ ਉਹ ਲੋਹੇ ਦੇ ਸਰੀਏ ਦੀ ਬਣੀ ਹੁੰਦੀ ਦੀ। ਅਤੇ ਇਹਨਾਂ ਦੋਹਾਂ ਲੱਠਾਂ ਦੇ ਅਤੇ ਇਹਨਾਂ ਦੋਹਾਂ ਲੱਠਾਂ ਨੂੰ ਖੱਬੇ ਹੱਥ ਬਾਹਰ ਕੱਢ ਕੇ ਗਰਾੜੀਆਂ ਬਣਾ ਲਈਆਂ ਜਾਂਦੀਆਂ ਦੀ। ਆਹ ਦੇਖੋ, ਆਹ ਗਰਾੜੀਆਂ ਗਰਾਰੀਆਂ ਬਣਾਈਆਂ ਜਾਂਦੀਆਂ ਦੀ ਇਹਨਾਂ ਦੀਆਂ। ਅਤੇ ਇਹਨਾਂ ਗਰਾਰੀਆਂ ਨੂੰ ਇੱਕ ਦੂਜੇ ਵਿੱਚ ਫਿੱਟ ਕਰ ਦਿੱਤਾ ਜਾਂਦਾ ਸੀ। ਅਤੇ ਇਹਨਾਂ ਦੋਹਾਂ ਗਰਾਰੀਆਂ ਨੂੰ ਇੱਕ ਹੱਥੇ ਨਾਲ, ਇਹ ਹੱਥਾਂ ਲੱਗਿਆ ਜੀ, ਇਹਨਾਂ ਨਾਲ ਜੋੜਿਆ ਜਾਂਦਾ ਸੀ। ਸੋ ਫਿਰ ਇਹ ਹੱਥੇ ਨਾਲ ਇਹਨੂੰ ਗੇੜਿਆ ਜਾਂਦਾ ਸੀ, ਖੱਬੇ ਹੱਥ ਨਾਲ ਸੁਹਾਣੀਆਂ ਗੇੜਦੀਆਂ ਹੁੰਦੀਆਂ ਸੀ, ਅਤੇ ਸੱਜੇ ਹੱਥ ਨਾਲ ਜੋ ਕਪਾਹ ਦੀਆਂ ਫੁੱਟੀਆਂ ਹੁੰਦੀਆਂ ਸੀ ਉਹ ਇਕੱਲੀਆਂ ਇਕੱਲੀਆਂ ਕਰਕੇ ਇਸ ਜਗ੍ਹਾ 'ਤੇ ਲਗਾਈਆਂ ਜਾਂਦੀਆਂ ਸੀ। ਇਸ ਤਰ੍ਹਾਂ ਜਦੋਂ ਸੁਹਾਣੀ ਫਿਰ ਇਹਨੂੰ ਗੇੜਦੀ ਹੁੰਦੀ ਸੀ ਹੱਥੇ ਤੋਂ ਫੜ ਕੇ, ਤਾਂ ਉਹ ਜਿਹੜੇ ਕਪਾਹ ਵਿਚਲੇ ਵੜੇਵੇਂ ਹੁੰਦੇ ਸੀ ਉਹ ਅੰਦਰਲੇ ਪਾਸੇ ਗਿਰੀ ਜਾਂਦੇ ਸੀ, ਜਿੱਧਰਲੇ ਪਾਸੇ ਸੁਹਾਣੀ ਦਾ ਪੈਰ ਰੱਖਿਆ ਹੁੰਦਾ ਸੀ, ਅਤੇ ਜਿਹੜੀ ਕਪਾਹ ਹੁੰਦੀ ਸੀ, ਰੂੰ ਹੁੰਦੀ ਸੀ, ਉਹ ਵੇਲਣ ਦੇ ਦੂਸਰੇ ਪਾਸੇ ਡਿੱਗੀ ਜਾਂਦੀ ਸੀ। ਅਤੇ ਫਿਰ ਉਹ ਕਪਾਹ ਇਕੱਠੀ ਕਰਕੇ ਇਕੱਠੀ ਕਰ ਲਈ ਜਾਂਦੀ ਸੀ, ਅਤੇ ਉਹਨੂੰ ਇੱਕ ਛੜੀ ਦੀ ਮਦਦ ਨਾਲ ਝੰਬ ਲਿਆ ਜਾਂਦਾ ਸੀ। ਅਤੇ ਫਿਰ ਉਹਦੀਆਂ ਪੂਣੀਆਂ ਬਣਾਈ ਜਾਂਦੀਆਂ ਸੀ। ਪੂਣੀਆਂ ਬਣਾਉਣ ਤੋਂ ਬਾਅਦ ਉਹਨੂੰ ਚਰਖੇ 'ਤੇ ਕੱਤ ਲਿਆ ਜਾਂਦਾ ਸੀ, ਜਿਸ ਤੋਂ ਸੂਤ ਤਿਆਰ ਹੋ ਜਾਂਦਾ ਸੀ। ਅਤੇ ਜਿਹੜੇ ਵੜੇਵੇਂ ਹੁੰਦੇ ਸੀ ਉਹਨਾਂ ਨੂੰ ਇਕੱਠੇ ਕਰਕੇ ਸਾਂਭ ਲਿਆ ਜਾਂਦਾ ਸੀ, ਅਤੇ ਕੋਹਲੂ 'ਤੇ ਜਾ ਕੇ ਉਹਨਾਂ ਦੀ ਖਲ ਬਣਾਈ ਜਾਂਦੀ ਸੀ, ਅਤੇ ਉਹ ਖਲ ਪਸ਼ੂਆਂ ਨੂੰ ਚਾਰੇ ਵਜੋਂ ਵਰਤੀ ਜਾਂਦੀ ਸੀ, ਜਿਹਦੇ ਨਾਲ ਖਾਣ ਨਾਲ ਪਸ਼ੂਆਂ ਦਾ ਦੁੱਧ ਵਾਧਾ ਹੁੰਦਾ ਸੀ। ਅਤੇ ਇਸ ਤਰ੍ਹਾਂ ਉਹ ਉਹਨਾਂ ਵੜੇਵਿਆਂ ਦੀ ਵੀ ਵਰਤੋਂ ਕਰ ਲਈ ਜਾਂਦੀ ਸੀ। ਸੋ ਜਿਹੜਾ ਇਹ ਵੇਲਣਾ ਅੱਜ ਕੱਲ੍ਹ
ਘਰਾਂ 'ਚੋਂ ਅਲੋਪ ਹੋਣ ਕਿਨਾਰੇ ਆ। ਅੱਜ ਕੱਲ੍ਹ ਇਸ ਵੇਲਣੇ ਦੀ ਬਿਲਕੁਲ ਹੀ ਵਰਤੋਂ ਨਹੀਂ ਕੀਤੀ ਜਾਂਦੀ ਦੀ ਬਿਲਕੁਲ ਵੀ ਵਰਤੋਂ ਨਹੀਂ ਕੀਤੀ ਜਾਂਦੀ। ਕਿਸੇ ਸਮੇਂ ਇਹ ਹਰੇਕ ਘਰ ਦਾ ਸ਼ਿੰਗਾਰ ਹੁੰਦਾ ਦੀ। ਸੋ ਅੱਜ ਕੱਲ੍ਹ ਨਵੀਆਂ ਨਵੀਆਂ ਮਸ਼ੀਨਾਂ ਚੱਲ ਪਈਆਂ ਨੇ ਜਿਨ੍ਹਾਂ ਨਾਲ ਕਪਾਹ ਵਿੱਚੋਂ ਬੜੇਵੇਂ ਨਰਮੇ ਵਿੱਚੋਂ ਬੜੇਵੇਂ ਵੱਖ ਕੀਤੇ ਜਾਂਦੇ ਨੇ ਅਤੇ ਇਹ ਮਸ਼ੀਨ ਜਿਹਨੂੰ ਵੇਲਣਾ ਕਹਿੰਦੇ ਨੇ ਇਹ ਲੋਪ ਹੋਣ ਕਿਨਾਰੇ ਆ ਜਿਸ ਨੂੰ ਕਿ ਸਾਂਭਣ ਦੀ ਬਹੁਤ ਲੋੜ ਆ। ਸੋ ਇਹ ਸੋਏ ਵੇਲਣਾ ਮੈਂ ਆਪਣੇ ਬਾਈ ਆਨੰਦ ਸਿੰਘ ਵੜੈਚ ਵਿਰਾਸਤੀ ਮਿਊਜ਼ੀਅਮ ਵਿੱਚ ਸਾਂਭ ਕੇ ਰੱਖਿਆ ਹੋਇਆ ਹੈ। ਸੋ ਅੱਜ ਤੁਹਾਨੂੰ ਇਹ ਪੁਰਾਣੀ ਚੀਜ਼ ਦਿਖਾਉਣੀ ਸੀ। ਆਉਣ ਵਾਲੇ ਬਲੌਗ ਵਿੱਚ ਮੈਂ ਤੁਹਾਨੂੰ ਹੋਰ ਕੋਈ ਪੁਰਾਣੀ ਚੀਜ਼ ਦਿਖਾਵਾਂਗਾ। ਸੋ ਆਉਣ ਵਾਲੇ ਬਲੌਗਾਂ ਨੂੰ ਦੇਖਦੇ ਰਹਿਣਾ ਅਤੇ ਕਿਰਪਾ ਕਰਕੇ ਲਾਇਕ ਸ਼ੇਅਰ ਅਤੇ ਕਮੈਂਟ ਵੀ ਕਰਦੇ ਰਹਿਣਾ। ਸੋ ਅੱਜ ਲਈ ਇੰਨਾ ਹੀ। ਕਿਸੇ ਦਿਨ ਫਿਰ ਕੋਈ ਹੋਰ ਪੁਰਾਣੀ ਚੀਜ਼ ਲੈ ਕੇ ਤੁਹਾਡੇ ਦੁਆਰ 'ਤੇ ਹਾਜ਼ਰ ਹੋਵਾਂਗਾ। ਉਦੋਂ ਤੱਕ ਲਈ ਸ਼ੁਕਰੀਆ, ਧੰਨਵਾਦ ਜੀ, ਰੱਬ ਰੱਖਾ।